ਜੀ ਬੜੇ ਪੇਰੈਂਟਸ ਹੈਗੇ ਜਿਹੜੇ ਬੱਚੋਂ ਨੂੰ ਆਪਾਂ ਖੁਦ ਲੈ ਕੇ ਆਉਂਦੇ ਹਾਂ ਇੱਥੇ ਉਹਨਾਂ ਕੀ ਮਤਲਬ ਮੰਮੀ ਵੀ ਆਉਂਦੇ ਪਾਪਾ ਵੀ ਆਉਂਦੇ ਇੱਥੇ ਬੈਠੇ ਰਹਿਤੇ ਆਪਣੇ ਬੱਚੋਂ ਕੋ ਇੱਥੇ ਪੜ੍ਹਾਉਣੇ ਖੁਦ ਲੈਣੇ ਆਉਂਦੇ ਖੁਦ ਛੋੜਨੇ ਆਉਂਦੇ ਹੈ ਕੁਛ ਪੇਰੈਂਟਸ ਐਸੇ ਵੀ ਹੈਗੇ ਉੜਾੜਾ ਮਾਤਰਾ ਹੈ ਬਹੁਤ ਚੀਜ਼ ਸਿੱਖੇ ਜਿਹੜਾ ਮਤਲਬ ਟਾਈਮ ਬੀਤਦਾ ਜਾਏਗਾ ਤਾਂ ਨਵੀਂ ਨਵੀਂ ਚੀਜ਼ ਹੈ ਤਾਂ ਆਪਣੇ ਆਪ ਹੀ ਨਿਕਲ ਕੇ ਆਉਣੀ ਹੈ ਅੰਦੋਲਨ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਅਨੂ ਕੌੜਾ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੰਘੂ ਬਾਰਡਰ ਦੀ ਹਰ ਇੱਕ ਛੋਟੀ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਤੇ ਅੱਜ ਇੱਥੇ ਅਸੀਂ ਪਹੁੰਚੇ ਹੋਏ ਹਾਂ ਇਹ ਜਿਹੜੀ ਲੋਕੇਸ਼ਨ ਹੈ ਪਹਿਲਾਂ ਲੋਕੇਸ਼ਨ ਦੱਸ ਦਈਏ ਜਿਹੜੇ ਸਿੰਘੂ ਬਾਰਡਰ 'ਤੇ ਆਉਂਦੇ ਨੇ ਉਹਨਾਂ ਨੂੰ ਪਤਾ ਹੋਏਗਾ ਜਿੱਥੇ KFC ਹੈ KFC ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਇੱਕ ਜਗ੍ਹਾ ਬਣਾਈ ਹੋਈ ਹੈ ਜਿੱਥੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਇੱਥੇ ਪੰਜਾਬੀ ਜਿਹੜੀ ਹੈ ਉਹ ਬੱਚਿਆਂ ਨੂੰ ਸਿਖਾਈ ਜਾਂਦੀ ਹੈ ਇੱਥੇ ਤੁਸੀਂ ਇੱਕ ਵਾਰ ਨਜ਼ਾਰਾ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਕ ਕਲਾਸਰੂਮ ਇਹ ਨਜ਼ਰ ਦੇ ਵਿੱਚ ਆਉਂਦਾ ਜਿਵੇਂ ਕੋਈ ਸਕੂਲ ਕਲਾਸ ਦੀ ਜਮਾਤ ਹੋਵੇ ਸੋ ਇੱਥੇ ਹਰ ਇੱਕ ਚੀਜ਼ ਇੱਥੇ ਬਣਾਈ ਗਈ ਹੈ ਬੱਚਿਆਂ ਨੇ ਹੀ ਇਹ ਪੇਂਟਿੰਗਸ ਬਣਾਈਆਂ ਹੋਣੀਆਂ ਜਿਹੜੀਆਂ ਤੁਸੀਂ ਪੇਂਟਿੰਗਸ ਦੇਖ ਸਕਦੇ ਹੋ ਜਿਹੜੀ ਇਹ ਪੇਂਟਿੰਗਸ ਤੁਸੀਂ ਦੇਖ ਸਕਦੇ ਹੋ ਸਾਰੀ ਜਿਹੜੀ ਪੇਂਟਿੰਗਸ ਨੇ ਉਹ ਬੱਚਿਆਂ ਨੇ ਬਣਾਈਆਂ ਨੇ ਸੋ ਇੱਥੋਂ ਦੀ ਲੈ ਕੇ ਅੱਗੇ ਤੱਕ ਤੁਹਾਨੂੰ ਦਿਖਾ ਰਹੇ ਹਾਂ ਇਹ ਕਿਤਾਬਾਂ ਤੁਸੀਂ ਦੇਖ ਸਕਦੇ ਹੋ ਕਿਤਾਬਾਂ ਇੱਥੇ ਬੱਚਿਆਂ ਵਾਸਤੇ ਰੱਖੀਆਂ ਹੋਈਆਂ ਨੇ ਜਾਂ ਜਿਹੜੇ ਬੜੇ ਆ ਕੇ ਇੱਥੇ ਕਿਤਾਬਾਂ ਪੜ੍ਹਨਾ ਚਾਹੁੰਦੇ ਨੇ ਉਹ ਵੀ ਇੱਥੇ ਆ ਕੇ ਕਿਤਾਬਾਂ ਪੜ੍ਹ ਸਕਦੇ ਨੇ ਇੱਥੇ ਬੱਚਿਆਂ ਨੂੰ ਊੜਾ ਐੜਾ ਸਿਖਾਇਆ ਜਾਂਦਾ ਹੈ ਮਤਲਬ ਹਰ ਇੱਕ ਚੀਜ਼ ਪੰਜਾਬੀ ਇੱਥੇ ਸਿਖਾਈ ਜਾਂਦੀ ਹੈ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਹਿੰਦੀ ਵੀ ਬੱਚੇ ਸਿੱਖਦੇ ਨੇ ਇੰਗਲਿਸ਼ ਵੀ ਬੱਚੇ ਇੱਥੇ ਪੜ੍ਹਦੇ ਨੇ ਸੋ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਅਤੇ ਵੀਡੀਓ ਬਣਾਉਣ ਤੋਂ ਪਹਿਲਾਂ ਅੱਧਾ ਘੰਟਾ ਇੱਕ ਬੱਚੇ ਨੂੰ ਪੜ੍ਹਾਉਣਾ ਜ਼ਰੂਰੀ ਹੈ ਇਹੀ ਸਾਡੀ ਸੇਵਾ ਹੈ ਸੋ ਇਹ ਜਿਹੜੀ ਸੇਵਾ ਹਰ ਇੱਕ ਨੂੰ ਪਹਿਲਾਂ ਇੱਥੇ ਨਿਭਾਉਣੀ ਪੈਂਦੀ ਹੈ ਪੈਂਦੀ ਹੈ ਕਹਿ ਲਈਏ ਜਾਂ ਹਰ ਇੱਕ ਆਪਣੇ ਵੱਲੋਂ ਦੀ ਆਪ ਮੁਹਾਰਾ ਹੋ ਕੇ ਇੱਥੇ ਸੇਵਾ ਨਿਭਾਉਣ ਵਾਸਤੇ ਆਉਂਦਾ ਕਿ ਬੱਚਿਆਂ ਨੂੰ ਉਹ ਪੜ੍ਹਾਵੇ ਅੱਧਾ ਘੰਟਾ ਘੰਟਾ ਜਿੰਨੀ ਉਹਨਾਂ ਦੀ ਸ਼ਰਧਾ ਹੁੰਦੀ ਹੈ ਉਹ ਬੱਚਿਆਂ ਨੂੰ ਇੱਥੇ ਆ ਕੇ ਪੜ੍ਹਾਉਂਦੇ ਨੇ ਕਿਉਂਕਿ ਹਰ ਇੱਕ ਜਿਹੜਾ ਇਨਸਾਨ ਇੱਥੇ ਮੌਜੂਦ ਹੈ ਕੁੰਡਲੀ ਬਾਰਡਰ ਦੇ ਉੱਤੇ ਚਾਹੇ ਉਹ ਗਾਜ਼ੀਪੁਰ ਬਾਰਡਰ ਹੋਵੇ ਚਾਹੇ ਟਿਕਰੀ ਬਾਰਡਰ ਹੋਵੇ ਹਰ ਇੱਕ ਇੱਥੇ ਜਿਹੜੇ ਪੜ੍ਹੇ ਲਿਖੇ ਨੇ ਜਿਹੜੇ ਚਾਹੁੰਦੇ ਨੇ ਵੀ ਹਾਂ ਅਸੀਂ ਜਿਹੜੀ ਸਿੱਖਿਆ ਉਹਨੂੰ ਵੰਡਣਾ ਚਾਹੀਦਾ ਕਿਉਂਕਿ ਜਿਹੜੀ ਸਰਕਾਰਾਂ ਨੇ ਉਹਨਾਂ ਨੇ ਜਿਹੜਾ ਪੱਧਰ ਇਸ ਵੇਲੇ ਐਜੂਕੇਸ਼ਨ ਦਾ ਕੀਤਾ ਹੋਇਆ ਪਰ ਇੱਥੇ ਆ ਕੇ ਜਿਹੜੀ ਅਸੀਂ ਚੀਜ਼ਾਂ ਦੇਖਦੇ ਹਾਂ ਵੀ ਪੜ੍ਹਾਈ ਨੂੰ ਵੀ ਉਨੀ ਹੀ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ ਕਿਉਂਕਿ ਇਹ ਜਿਹੜੇ ਬੱਚੇ ਨੇ ਇਹ ਕੁੰਡਲੀ ਬਾਰਡਰ ਤੋਂ ਹੀ ਨੇ ਅਤੇ ਕੁਝ ਕੁ ਦਿੱਲੀ ਤੋਂ ਇੱਥੇ ਨੇ ਅਤੇ ਉਸ ਤੋਂ ਬਾਅਦ ਜਿਹੜੇ ਇੱਥੇ ਬੱਚੇ ਆਪਣੇ ਮਾਂ ਪਿਓ ਦੇ ਨਾਲ ਸਿੰਘੂ ਬਾਰਡਰ ਦੇ ਉੱਤੇ ਧਰਨੇ 'ਚ ਆਏ ਹੋਏ ਸੀਗੇ ਉਹ ਵੀ ਇੱਥੇ ਸ਼ਮੂਲੀਅਤ ਕਰਦੇ ਨੇ ਕਿਉਂਕਿ ਜਿਨ੍ਹਾਂ ਦੀ ਸਿੱਖਿਆ ਜਿਹੜੀ ਵਿੱਚ ਰਹਿ ਗਈ ਹੈ ਵਿੱਚ ਹੀ ਕਿਉਂਕਿ ਉਹ ਵਾਪਸ ਜਾ ਨਹੀਂ ਸਕਦੇ ਪਿੰਡਾਂ ਦੇ ਵਿੱਚ ਸਕੂਲ ਵਾਪਸ ਨਹੀਂ ਜਾ ਸਕਦੇ ਇੱਥੇ ਕਿਉਂਕਿ ਡਟੇ ਹੋਏ ਨੇ ਉਹ ਤਾਂ ਇੱਥੇ ਹੀ ਉਹਨਾਂ ਦੀ ਪੜ੍ਹਾਈ ਹੈ ਜਿਹੜੀ ਇਸੇ ਤਰੀਕੇ ਦੇ ਨਾਲ ਜਾਰੀ ਰਹਿੰਦੀ ਹੈ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਚੜ੍ਹਦੀ ਕਲਾ ਦਾ ਜਿਹੜਾ ਸੁਨੇਹਾ ਵੀ ਦਿੱਤਾ ਜਾਂਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਇੱਥੇ ਤਸਵੀਰਾਂ ਦੇ ਰਾਹੀਂ ਬਿਆਨ ਵੀ ਕੀਤਾ ਹੋਇਆ ਨਾਨਕ ਦਾ ਨਾਮ ਇੱਥੇ ਜਪਿਆ ਜਾਂਦਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਚਾਹੇ ਜਿਹੜੇ ਮਰਜ਼ੀ ਹਾਲਾਤ ਦੇ ਵਿੱਚ ਰਹਿਣਾ ਪਵੇ ਤੇਰੇ ਭਾਣੇ ਸੋ ਜਿਹੜਾ ਵੀ ਭਾਣਾ ਰੱਬ ਦਾ ਹੁੰਦਾ ਉਹਨੂੰ ਮੰਨ ਕੇ ਚੱਲਦੇ ਨੇ ਇੱਥੇ ਤੁਸੀਂ ਦੇਖ ਸਕਦੇ ਪਾਣੀ ਦੀ ਬੁਛਾੜਾ ਵੱਜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਸਰਬੱਤ ਦਾ ਭਲਾ ਸਫਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਵੀ ਸਾਡੇ ਨਾਲ ਚਾਹੇ ਜਿਹੜਾ ਕੁਛ ਮਰਜ਼ੀ ਕੀਤਾ ਅਸੀਂ ਆਪਣੇ ਵੱਲੋਂ ਦੀ ਜਿਹੜੀ ਹੈ ਸੇਵਾ ਇੱਥੇ ਪੂਰੀ ਨਿਭਾਉਂਦੇ ਆ ਸੋ ਬੱਚੇ ਤੁਸੀਂ ਦੇਖ ਸਕਦੇ ਹੋ ਇੱਥੇ ਪੜ੍ਹਨ ਵਾਸਤੇ ਆਏ ਹੋਏ ਨੇ ਹਰ ਇੱਕ ਚੀਜ਼ ਪੜ੍ਹਦੇ ਨੇ ਇੱਥੇ ਇੱਕ ਮੁੰਡਾ ਹੈਗਾ ਜੀ ਬੜਾ ਹੀ ਮਤਲਬ ਸਮਝਦਾਰ ਵੀ ਹੈਗਾ ਅਤੇ ਬੜੀ ਛੇਤੀ ਕੁਇਕ ਜਿਹੜੀ ਪਿਕਅਪ ਹੈ ਉਹਦੀ ਉਹ ਤੁਸੀਂ ਦੇਖ ਸਕਦੇ ਹੋ ਸਮਝਦੇ ਨੇ ਸਿੱਖਦੇ ਨੇ ਪੰਜਾਬੀ ਵੀ ਸਿੱਖਦੇ ਨੇ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਪੜ੍ਹਾਈ ਜਿਹੜੀ ਹੈ ਲਗਾਤਾਰ ਜਾਰੀ ਹੈ ਇੱਥੇ ਪੰਜਾਬੀ ਸਿਖਾ ਰਹੇ ਨੇ ਉਹ ਇਹ ਮੁੰਡਾ ਜਿਹੜਾ ਹੈ ਇਹ ਬਿਹਾਰ ਤੋਂ ਹੈਗਾ ਵੈਸੇ ਤਾਂ ਪਰ ਇਹ ਪੰਜਾਬੀ ਜਿਹੜੀ ਹੈ ਬਹੁਤ ਸੋਹਣੀ ਲਿਖਦਾ ਵੀ ਹੈ ਬਹੁਤ ਸੋਹਣੀ ਪੰਜਾਬੀ ਬੋਲਦਾ ਵੀ ਹੈ ਇੱਥੇ ਸਿਰਫ ਊੜਾ ਐੜਾ ਨਹੀਂ ਸਿਖਾਇਆ ਜਾਂਦਾ ਜਾਂ ਛੋਟੀ ਕਲਾਸ ਦੇ ਬੱਚਿਆਂ ਨੂੰ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਨਹੀਂ ਦੱਸੀਆਂ ਜਾਂਦੀਆਂ ਬਲਕਿ ਗੁਰੂਆਂ ਬਾਰੇ ਵੀ ਦੱਸਿਆ ਜਾਂਦਾ ਸੋ ਚਾਹੇ ਕੋਈ ਬਿਹਾਰ ਤੋਂ ਹੋਵੇ ਚਾਹੇ ਕੋਈ ਯੂਪੀ ਤੋਂ ਹੋਵੇ ਚਾਹੇ ਕੋਈ ਪੰਜਾਬ ਤੋਂ ਹੋਵੇ ਉਹਨਾਂ ਨੂੰ ਜਿਹੜੀ ਗੁਰੂਆਂ ਦੀ ਬਾਣੀ ਵੀ ਸਿਖਾਈ ਜਾਂਦੀ ਹੈ ਇੱਥੇ ਜਦੋਂ ਅਸੀਂ ਵਿਚਰਦੇ ਹਾਂ ਤਾਂ ਇੱਥੇ ਉਹ ਕੋਈ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਨਹੀਂ ਹੁੰਦੀ ਇਸ ਕਲਾਸ ਦੇ ਵਿੱਚ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਹਰ ਇੱਕ ਨੂੰ ਬੁਲਾਇਆ ਜਾਂਦਾ ਸੋ ਇੱਥੇ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹਿਣ ਜੀ ਸਭ ਤੋਂ ਪਹਿਲਾਂ ਤਾਂ ਇਹ ਜਾਣਾਂਗੇ ਵੀ ਤੁਸੀਂ ਇੱਥੇ ਆਪਣੀ ਸੇਵਾ ਨਿਭਾ ਰਹੇ ਹੋ ਬੱਚਿਆਂ ਨੂੰ ਪੜ੍ਹਾ ਰਹੇ ਹੋ ਇਹ ਸ਼ੁਰੂਆਤ ਕਿਵੇਂ ਹੋਈ ਇਸ ਕਲਾਸ ਦੀ ਵੀ ਇੱਥੇ ਇੱਕ ਸਕੂਲ ਕਾਈਂਡ ਆਫ ਖੋਲ੍ਹਿਆ ਜਾਵੇ ਜਾਂ ਇੱਕ ਕਲਾਸ ਖੋਲ੍ਹੀ ਜਾਵੇ ਜਿੱਥੇ ਸਾਰੇ ਬੱਚੇ ਆ ਕੇ ਪੜ੍ਹਦੇ ਨੇ ਗੁਰਬਾਣੀ ਇੱਥੇ ਸਿਖਾਈ ਜਾਂਦੀ ਹੈ ਹੈ ਨਾ ਗੁਰਮੁਖੀ ਲਿਪੀ ਦੇ ਵਿੱਚ ਲਿਖਣਾ ਕਿਵੇਂ ਆ ਉਹ ਦੱਸਿਆ ਜਾਂਦਾ ਇਹ ਸ਼ੁਰੂਆਤ ਕਿਵੇਂ ਹੋਈ ਆਈਡੀਆ ਕਿਹਦਾ ਸੀਗਾ ਵੀ ਇੱਥੇ ਇਸ ਤਰੀਕੇ ਦੇ ਨਾਲ ਇੱਕ ਸਕੂਲ ਜਿਹੜਾ ਖੋਲ੍ਹਿਆ ਜਾਵੇ ਕਿਉਂਕਿ ਅਸੀਂ ਮੈਂ ਪਿੱਛੇ ਆਪਣੇ ਕੈਮਰਾ ਮੈਨੂੰ ਕਹੂੰਗੀ ਉਹ ਦਿਖਾਉਣ ਪਿੱਛੇ ਪੋਸਟਰ ਲੱਗਿਆ ਹੋਇਆ ਜਿੱਥੇ ਕਿ ਗੁਰਮੁਖੀ ਲਿਪੀ ਲਿਖੀ ਹੋਈ ਹੈ ਸਾਰੀ ਸੋ ਪੜ੍ਹਾਈ ਜਾਂਦੀ ਹੈ ਕਿਵੇਂ ਸ਼ੁਰੂ ਕੀਤਾ ਜੀ ਜੈਸੇ ਮੈਂ ਹਰਿਆਣੇ ਸੇ ਹੂੰ ਤੋ ਆਪਾਂ ਨੇ ਯਹਾਂ ਪੇ ਆਏ ਥੇ तो जैसे खालसा जी थे एक शाह भाई थे जो जिन्होंने लाइब्रेरी यहाँ पर सेटअप की थी तो हमारा एक प्लान था कि हम जैसे मतलब जो हरियाणा से आए हैं लोग उनको यहाँ पे पंजाबी सिखाए ताकि वो पंजाबी साहित्य को इतिहास को जान सके पढ़ सके तो जैसे मतलब यहाँ पे फिर पंजाबी का ये स्कूल का सेटअप किया तो जो आसपास के बच्चे हैं ये हमारे पास यहाँ आने लग गए तो फिर इनको पढ़ाना शुरू कर दिया और जो भी अभी हरियाणा से कोई भी आता उसको यहाँ पे अपने शाह
ਬੱਚੇ ਜੀ ਹੋ ਗਏ ਇੱਕ ਮੰਥਲੀ ਹੋ ਗਿਆ ਮੰਥ ਹੋ ਗਿਆ ਹਾਂਜੀ ਹਾਂਜੀ ਸੋ ਬੱਚੇ ਇੱਥੇ ਕਈ ਅਸੀਂ ਦੇਖਦੇ ਹਾਂ ਜਿਵੇਂ ਐਕਟਿਵ ਬੜੇ ਹੁੰਦੇ ਨੇ ਜਿਹੜਾ ਮੁੰਡਾ ਬੈਠਾ ਇਹਦਾ ਨਾਮ ਕੀ ਹੈ ਜੀ ਇਹ ਜਾ ਰੋਹਿਤ ਹੈ ਜੀ ਨਾ ਰੋਹਿਤ ਮੁੰਡਾ ਐਕਟਿਵ ਬੜਾ ਹੈ ਸਾਰੀਆਂ ਚੀਜ਼ਾਂ ਮਤਲਬ ਫਟਾਫਟ ਕੋਈ ਇੱਕ ਫੜ ਲੈਂਦਾ ਹਾਂਜੀ ਸਾਰਾ ਜੈਸੇ ਆਪਾਂ ਇਸ ਨੂੰ ਜੇ ਵੀ ਦੱਸਦੇ ਹਾਂ ਉਹ ਲਿਖ ਲੈਂਦਾ ਹੈ ਪੰਜਾਬੀ ਨਾਲ ਬਿਲਕੁਲ ਕੀ ਕੁਛ ਇੱਥੇ ਤੁਸੀਂ ਆਪਣੇ ਵੱਲੋਂ ਦੀ ਸਿਖਾਉਣ ਦੀ ਕੋਸ਼ਿਸ਼ ਕਰਦੇ ਹੋ ਜਾਂ ਕਿੰਨੇ ਕੁ ਲੋਕ ਇੱਥੇ ਆ ਕੇ ਸ਼ਮੂਲੀਅਤ ਕਰਦੇ ਨੇ ਜਿਵੇਂ ਮੈਂ ਪਹਿਲਾਂ ਦੱਸ ਕੇ ਹਟੀ ਹਾਂ ਆਪਣੀ ਆਡੀਅੰਸ ਨੂੰ ਵੀ ਤੁਸੀਂ ਇੱਥੇ ਲਿਖ ਕੇ ਬੋਰਡ ਲਾਇਆ ਹੋਇਆ ਵੀ ਜਿਹਨੇ ਵੀ ਇੱਥੇ ਆਉਣਾ ਤਾਂ ਉਹ ਅੱਧਾ ਘੰਟਾ ਪਹਿਲਾਂ ਪੜ੍ਹਾਊਗਾ ਉਸ ਤੋਂ ਬਾਅਦ ਕੋਈ ਫੋਟੋ ਖਿੱਚੇ ਜਾਂ ਫਿਰ ਇੱਥੇ ਜਿਹੜਾ ਵੀ ਕੰਮ ਕਰਨਾ ਹੋਵੇ ਇਹ ਆਈਡੀਆ ਕਿਵੇਂ ਆਇਆ ਵੀ ਇਹ ਕਿਹਾ ਜਾਵੇ ਕਿ ਕੀ ਗੱਲ ਮਤਲਬ ਲੋੜ ਕੀ ਪਈ ਹੈ ਉਹ ਜਿਹੜਾ ਇਹ ਹੈਗਾ ਜੀ ਹਮਾਰੇ ਪਾਸ ਟੀਚਰ ਤੋਂ ਇੱਥੇ ਹੈਗੇ ਨਹੀਂ ਤਾਂ ਆਪਾਂ ਇਹੀ ਮਤਲਬ ਜੋ ਇੱਥੇ ਆਉਂਦੇ ਆ ਜਿਹੜੇ ਮੀਡੀਆ ਦੇ ਹੈ ਜਾਂ ਕੋਈ ਵੀ ਹੈ ਜੋ ਪੰਜਾਬੀ ਹੈ ਉਹਨਾਂ ਦੇ ਨਾਲ ਇਹ ਮਤਲਬ ਕਰ ਦਿੱਤਾ ਕਿ ਆਪਾਂ ਇੱਥੇ ਆਓ ਬਈ ਆਪਾਂ ਕਿਉਂ ਪ੍ਰੋਪਰਟੀ ਜਦ ਆਪਣੇ ਕੋਲ ਹੈਗਾ ਨਹੀਂ ਤਾਂ ਆਪਾਂ 10 ਮਿੰਟ ਅੱਧਾ ਘੰਟਾ ਜਿਹੜਾ ਵੀ ਆਪਾਂ ਕੇ ਕੋਲ ਟਾਈਮ ਹੈਗਾ ਉਹਨਾਂ ਨੂੰ ਬੱਚੋਂ ਨੂੰ ਪੜਾਓ ਇੱਥੇ ਆ ਕੇ ਫਿਰ ਆਪਾਂ ਮਤਲਬ ਇੱਕ ਕਵਰ ਕਰ ਸਕਦੇ ਹੈਗੇ ਅਸੀਂ ਇੱਥੇ ਦੇਖ ਸਕਦੇ ਜਿਵੇਂ ਪੋਸਟਰ ਵੀ ਲੱਗੇ ਹੋਏ ਨੇ ਇਹ ਸਾਰੇ ਇਹਨਾਂ ਬੱਚਿਆਂ ਨੇ ਬਣਾਏ ਨੇ ਹਾਂਜੀ ਸਾਰੇ ਬੱਚੋਂ ਨੇ ਜਿਹੜੀ ਪੇਂਟਿੰਗ ਹੈ ਜਿਹੜੇ ਪੋਸਟਰ ਸਾਰੇ ਬੱਚੋਂ ਨੇ ਬਣਾਏ ਹੈਗੇ ਇੱਥੇ ਜਿਵੇਂ ਕਿ ਚੀਜ਼ਾਂ ਅਸੀਂ ਦੇਖਦੇ ਆ ਬੱਚੇ ਆਪ ਮੁਹਾਰੇ ਇੱਥੇ ਆਉਂਦੇ ਨੇ ਜਾਂ ਫਿਰ ਜਿਹੜੇ ਇਹਨਾਂ ਦੇ ਪੇਰੈਂਟਸ ਨੇ ਉਹ ਵੀ ਕੋਸ਼ਿਸ਼ ਕਰਦੇ ਨੇ ਵੀ ਅਸੀਂ ਇੱਥੇ ਬੱਚਿਆਂ ਨੂੰ ਭੇਜੀਏ ਕਿਉਂਕਿ ਸਕੂਲ ਕਾਲਜ ਕਿਉਂਕਿ ਜਿਹੜੇ ਨਹੀਂ ਜਾ ਪਾ ਰਹੇ ਹਾਂਜੀ ਬੜੇ ਪੇਰੈਂਟਸ ਹੈਗੇ ਜਿਹੜੇ ਬੱਚੋਂ ਨੂੰ ਆਪਾਂ ਖੁਦ ਲੈ ਕੇ ਆਉਂਦੇ ਆ ਇੱਥੇ ਉਨਕੀ ਮਤਲਬ ਮੰਮੀ ਵੀ ਆਉਂਦੇ ਆ ਪਾਪਾ ਵੀ ਆਉਂਦੇ ਆ ਇੱਥੇ ਬੈਠੇ ਰਹਿੰਦੇ ਆਪਣੇ ਬੱਚੋਂ ਕੋ ਇੱਥੇ ਪੜਾਉਣੇ ਕੁਝ ਖੁਦ ਲੈਣੇ ਆ ਅਤੇ ਕੁਝ ਛੋੜਨੇ ਆਤੇ ਆ ਕੁਝ ਪੇਰੈਂਟਸ ਐਸੇ ਵੀ ਹੈਗੇ ਸਕੂਲ ਨਹੀਂ ਜਾ ਪਾ ਰਹੇ ਇਸ ਕਰਕੇ ਇੱਥੋਂ ਹਾਂਜੀ ਜਿਹੜਾ ਕਰੋਨਾ ਕਾਲ ਚੜਾ ਸਕੂਲ ਸਾਰੇ ਬੱਚੇ ਮਤਲਬ ਸਕੂਲ ਤੋਂ ਬੰਦ ਹੈਗੇ ਤਾਂ ਸਾਰੇ ਬੱਚੇ ਇੱਥੇ ਆ ਜਾਂਦੇ ਆ ਫਿਰ ਪੜ੍ਹਨੇ ਦੇ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਲਾਇਬ੍ਰੇਰੀ ਬਣਾਈ ਹੋਈ ਹੈ ਸੋ ਇੱਥੇ ਆਉਂਦੇ ਨੇ ਹਲੇ ਵੀ ਲੋਕ ਆਉਂਦੇ ਨੇ ਕਿਉਂਕਿ ਕਿਤਾਬਾਂ ਅਸੀਂ ਦੇਖ ਸਕਦੇ ਇੱਥੇ ਕਿਤਾਬਾਂ ਵੀ ਹੈਗੀਆਂ ਉਸ ਸਾਈਡ ਜੇ ਤੁਸੀਂ ਨਿਗਾਹ ਮਾਰੋ ਤਾਂ ਉਸ ਸਾਈਡ ਵੀ ਕਿਤਾਬਾਂ ਰੱਖੀਆਂ ਹੋਈਆਂ ਨੇ ਸਾਡੇ ਦੂਸਰੇ ਪਾਸੇ ਵੀ ਕਿਤਾਬਾਂ ਨੇ ਸਾਰੀਆਂ ਅਤੇ ਹਲੇ ਵੀ ਆਉਂਦੇ ਨੇ ਲਾਇਬ੍ਰੇਰੀ ਦੇ ਵਿੱਚ ਪੜ੍ਹਨ ਵਾਸਤੇ ਹਾਂਜੀ ਲਾਇਬ੍ਰੇਰੀ ਵੀ ਇੱਥੇ ਜਿਹੜੇ ਵੀ ਮਤਲਬ ਬੰਦੇ ਹੈਗੇ ਆਸ ਪਾਸ ਦੇ ਜਿਹੜੇ ਆਉਣੇ ਜਾਣੇ ਵਾਲੇ ਉੱਥੇ ਬੈਠ ਕੇ ਕਿਤਾਬਾਂ ਆਪਣੇ ਕੋਲ ਹੈਗੀ ਉਹ ਪੜ੍ਹ ਸਕਦੇ ਆ ਇੱਥੇ ਜੇ ਸ਼ੁਰੂਆਤ ਦੀ ਗੱਲ ਕਰੀਏ ਵੀ ਸ਼ੁਰੂਆਤ ਕਿੰਨਾ ਸਮਾਂ ਪਹਿਲਾਂ ਹੋਈ ਸੀ ਇਸ ਸਕੂਲ ਦੀ ਇਸ ਸਕੂਲ ਦੀ ਜੀ ਸ਼ੁਰੂ ਸੇ ਮਤਲਬ ਪਹਿਲੇ ਮਹੀਨੇ ਸੇ ਡੇਢ ਮਹੀਨਾ ਹੋ ਗਿਆ ਸਕੂਲ ਜਿਹੜਾ ਮਤਲਬ ਆਪਾਂ ਨੇ ਸ਼ੁਰੂ ਕੀਤਾ ਇੱਥੇ ਲਾਇਬ੍ਰੇਰੀ ਤੋਂ ਪਹਿਲੇ ਥੀ ਉਸਕੇ ਬਾਅਦ ਸਕੂਲ ਸੈਟਅਪ ਕੀਤਾ ਫਿਰ ਹਾਂਜੀ ਸੋ ਇਹ ਜਿਹੜਾ ਆਈਡੀਆ ਸੀਗਾ ਇੱਕ ਬਹੁਤ ਸੋਹਣਾ ਆਈਡੀਆ ਸੀਗਾ ਵੈਸੇ ਤਾਂ ਵੀ ਇੱਥੇ ਬੱਚਿਆਂ ਨੂੰ ਪੜ੍ਹਾਇਆ ਜਾਵੇ ਸੋ ਅਸੀਂ ਵੀ ਪਹਿਲਾਂ ਇੱਥੇ ਬੱਚਿਆਂ ਨੂੰ ਪੜ੍ਹਾਇਆ ਉਸ ਤੋਂ ਬਾਅਦ ਹੀ ਸਾਨੂੰ ਵੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਸਾਡੇ ਨਾਲ ਸੋ ਕਿੱਥੋਂ ਦੀ ਹੋ ਜੀ ਤੁਸੀਂ ਇੱਥੇ ਯਾਓ ਪੇ ਹਾਂਜੀ ਯਾਓ ਪੇ ਸੇ ਅੱਛਾ ਇਹ ਤੁਸੀਂ ਜਿਹੜੀ ਚੀਜ਼ ਲਿਖ ਰਹੇ ਹੋ ਕੀ ਕੁਝ ਇੱਥੇ ਲਿਖਣਾ ਸਿੱਖਿਆ ਤੁਸੀਂ ਉੜਾੜਾ ਮਾਤਰਾ ਬਹੁਤ ਚੀਜ਼ ਸਿੱਖਿਆ ਹਾਂਜੀ ਹੋਰ ਕੀ ਨਵਾਂ ਤੁਸੀਂ ਲਿਖਦੇ ਹੋ ਕਿਉਂਕਿ ਅਸੀਂ ਦੇਖ ਰਹੇ ਸੀਗੇ ਜਦੋਂ ਤੁਹਾਡੀ ਕਿਤਾਬ ਦੇ ਵਿੱਚ ਤਾਂ ਤੁਸੀਂ ਗੁਰੂਆਂ ਬਾਰੇ ਵੀ ਲਿਖਿਆ ਹੋਇਆ ਸੀਗਾ ਉਹ ਸੁਣਾਓਗੇ ਸਾਨੂੰ ਹਾਂਜੀ ਗੁਰੂ ਨਾਨਕ ਸਾਹਿਬ ਦੇ ਪਿਤਾ ਦਾ ਨਾਂ ਬਾਬਾ ਤਾਲੂ ਜੀ ਸੀ ਇਤਿਹਾਸ ਵਿੱਚ ਉਹਨਾਂ ਤਲਿਆਣ ਰਾਈ ਅਤੇ ਤਾਲੂ ਰਾਈ ਕਰ ਰਹੇ ਲਿਖਿਆ ਹੈ ਰਾਈ ਹੋਈ ਦੇ ਪੁੱਤਰ ਰਾਈ ਬੁਲਾਰ ਪਾਸ ਪਟਵਾਰੀ ਦੇ ਆਹਤ ਉਹਦੇ ਉੱਤੇ ਮੁਆਜ਼ਮ ਦੇ ਤਾਰਲ ਇਤ ਤਲਵੀਰ ਸ਼ਹੀਦ ਸਨ ਬਿਨਾ ਦਾ ਅਸਲੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਰਲ ਤਾਰਨ ਵਿੱਚ ਸੀ ਸੋ ਇਹ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਜਿਹੜੀ ਹੈ ਉਹ ਹੌਲੀ ਹੌਲੀ ਕੋਸ਼ਿਸ਼ ਕਰ ਰਿਹਾ ਪੜ੍ਹਨ ਦੀ ਸੋ ਇਹ ਜਿਹੜੇ ਅੱਖਰ ਨੇ ਉਹ ਵੀ ਹਲੇ ਇਸ ਉਮਰ ਦੇ ਵਿੱਚ ਪ੍ਰੋਪਰ ਜੋੜ ਕੇ ਨਹੀਂ ਪੜ੍ਹੇ ਜਾਂਦੇ ਪਰ ਗੁਰੂ ਨਾਨਕ ਦੇਵ ਜੀ ਬਾਰੇ ਇਹਨੇ ਇਹ ਲਿਖਿਆ ਹੋਇਆ ਜਿਹੜਾ ਲੇਖ ਸੋ ਉਹਨੂੰ ਪੜ੍ਹ ਕੇ ਵੀ ਸੁਣਾ ਰਿਹਾ ਸਮਝ ਵੀ ਉਹਨੂੰ ਆ ਰਹੀ ਹੈ ਵੀ ਕੀ ਕੁਛ ਇੱਥੇ ਉਹ ਸਿੱਖ ਰਹੇ ਨੇ ਸੋ ਇੱਕ ਬਹੁਤ ਨਵੀਂ ਚੀਜ਼ ਜਿਹੜੀ ਦੇਖਣ ਨੂੰ ਮਿਲੀ ਕਿਉਂਕਿ ਹਰਿਆਣੇ ਵਾਲਿਆਂ ਨੂੰ ਤਾਂ ਪੰਜਾਬ ਵਾਲਿਆਂ ਦਾ ਕਿਤੇ ਨਾ ਕਿਤੇ ਕਹਿੰਦੇ ਸੀ ਆਪਸ 'ਚ ਥੋੜ੍ਹੀ ਥੋੜ੍ਹੀ ਤਕਰਾਰ ਚੱਲਦੀ ਰਹਿੰਦੀ ਹੈ ਪਰ ਇੱਥੇ ਆ ਕੇ ਹੁਣ ਹਰਿਆਣੇ ਵਾਲੇ ਨੇ ਜਿਹੜੇ ਉਹ ਵੀ ਪੰਜਾਬੀ ਸਿੱਖ ਰਹੇ ਨੇ ਪੰਜਾਬੀ ਜਿਹੜੇ ਨੇ ਉਹ ਥੋੜ੍ਹੇ ਜਿਹਾ ਹਰਿਆਣਾ ਕਲਚਰ ਸਿੱਖ ਰਹੇ ਨੇ ਬਿਲਕੁਲ ਜੀ ਜਿਹੜਾ ਮਤਲਬ ਥੋੜ੍ਹਾ ਮੋਟਾ ਆਪਸ ਮੇਂ ਮਨ ਮਿਟਾਓ ਜਿਹੜਾ ਮਤਲਬ ਕੁਝ ਸਰਕਾਰਾਂ ਨੂੰ ਜੈਸੇ ਆਇਸ ਵੈਲਕਮ ਮੁੰਡੇ ਨੂੰ ਲੈ ਕੇ ਥੋੜ੍ਹਾ ਆਪਸ ਮੇਂ ਖਿੱਚਤਾਨ ਕਰਵਾ ਦਿੱਤੀ ਉਹ ਇੱਥੇ ਆ ਕੇ ਜਿਹੜਾ ਅੰਦੋਲਨ ਵਿੱਚ ਉਹ ਸਾਰੀ ਕੀ ਸਾਰੀ ਮਤਲਬ ਵੀ ਉਹ ਵਹੀ ਭਾਈਚਾਰਾ ਫਿਰ ਸੇ ਮਜ਼ਬੂਤ ਹੈਗਾ
ਲੱਗਦਾ ਵੀ ਜਦੋਂ ਜਦੋਂ ਅੰਦੋਲਨ ਅੱਗੇ ਵੱਧਦਾ ਜਾਊਗਾ ਉਵੇਂ ਉਵੇਂ ਲੱਗਦਾ ਵੀ ਇੱਥੇ ਕਮੀਆਂ ਆਉਣਗੀਆਂ ਕਿ ਉਵੇਂ ਉਵੇਂ ਹੋਰ ਨਵੀਆਂ ਚੀਜ਼ਾਂ ਇੱਥੇ ਸਿੱਖਣ ਨੂੰ ਮਿਲਦੀਆਂ? ਦੇਖੋ ਜੀ, ਜਿਹੜਾ ਮਤਲਬ ਟਾਈਮ ਬੀਤਦਾ ਜਾਏਗਾ ਤਾਂ ਨਵੀਂ ਨਵੀਂ ਚੀਜ਼ਾਂ ਤੋਂ ਆਪਣੇ ਆਪ ਹੀ ਨਿਕਲ ਕੇ ਆਉਣੀ ਹੈ ਅੰਦੋਲਨ ਵਿੱਚ, ਇਹ ਤਾਂ ਹੈਗਾ ਕਿ ਜਿਹੜਾ ਨਵਾਂ ਦੌਰ ਹੈ ਉਹ ਤਾਂ ਚੱਲਦਾ ਹੀ ਰਹਿਣਾ ਹੈ। ਸਰਕਾਰਾਂ ਇੱਥੇ ਜਿਸ ਤਰੀਕੇ ਨਾਲ ਕੰਮ ਕਰ ਰਹੀਆਂ ਨੇ, ਜੇ ਹੁਣ ਅਸੀਂ ਇਸ ਸਕੂਲ ਤੋਂ ਥੋੜ੍ਹਾ ਜਿਹਾ ਪਾਸੇ ਹਟ ਕੇ ਜੇ ਗੱਲ ਕਰੀਏ, ਸਰਕਾਰਾਂ ਇੱਥੇ ਹਲੇ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ, 26 ਤਰੀਕ ਤੋਂ ਬਾਅਦ ਜਿਹੜਾ ਮਾਹੌਲ ਇੱਥੇ ਬਣਿਆ, ਸੋ ਹੁਣ ਅੰਦੋਲਨ ਨੂੰ ਕਿੱਥੇ ਖੜਾ ਦੇਖਦੇ ਹੋ? ਦੇਖੀਏ ਜੀ, ਨਵਾਂ 26 ਤਰੀਕ ਬਾਅਦ ਜਿਹੜਾ ਅੰਦੋਲਨ ਬਣਿਆ ਹੈ ਉਹ ਮਤਲਬ ਜੈਸੇ ਪਹਿਲੇ ਅੰਦੋਲਨ ਚੱਲ ਰਿਹਾ ਥਾ ਉਸਸੇ ਕੁਛ ਨਾ ਕੁਛ ਜ਼ਿਆਦਾ ਉੱਪਰ ਉੱਪਰ ਕੇ ਆਇਆ ਹੈ। ਤੋ ਪਹਿਲੇ ਜਿਤਨੀ ਤਾਦਾਦ ਸੀ ਲਗਭਗ ਉਸਸੇ ਡਬਲ ਤਾਦਾਦ ਦੇਖ ਰਹੇ ਹੋ ਆਪ ਯਹਾਂ ਪੇ ਅੰਦੋਲਨ ਕੀ ਹੋਈ ਹੈ। ਤੋ ਮਤਲਬ ਅੰਦੋਲਨ ਪਹਿਲੇ ਸੇ ਮਜ਼ਬੂਤ ਹੋਆ ਹੈ, ਕਮ ਨਹੀਂ ਹੋਆ ਕਿ ਪਹਿਲੇ ਸੇ ਮਜ਼ਬੂਤ ਹੋਆ ਅੰਦੋਲਨ। ਹਰਿਆਣੇ ਵਾਲਿਆਂ ਦੇ ਸਾਥ ਕਿਉਂਕਿ ਇੱਕ ਵਾਰ ਫਿਰ ਮਿਲ ਗਿਆ ਸਾਰੇ? ਹਾਂਜੀ, ਹਰਿਆਣਾ ਹੈ, ਯੂਪੀ ਹੈ, ਮਤਲਬ ਇਹ ਸਾਰਾ ਕਾ ਸਾਰਾ ਤੋਂ ਛੱਤੀਸਗੜ੍ਹ 'ਚ ਮਹਾਰਾਸ਼ਟਰ ਸੇ ਵੀ ਮਤਲਬ ਕਿਸਾਨ ਚੱਲ ਪੜੇ ਹੈ ਵਹਾਂ ਪੇ, ਕਿਉਂ ਪੰਚਾਇਤੇ ਸ਼ੁਰੂ ਹੋ ਗਈਆਂ ਸਾਰੇ ਕੇ। ਤੋ ਅਭੀ ਅੰਦੋਲਨ ਮਤਲਬ ਆਪਣੇ ਪੀਕ ਪਰ ਪਹੁੰਚਣੇ ਵਾਲਾ ਬਿਲਕੁਲ। 2.5 ਮਹੀਨੇ ਹੋ ਚੁੱਕੇ ਕਿਉਂਕਿ, ਪਰ ਹਲੇ ਵੀ ਜਿਹੜੀ ਸਰਕਾਰਾਂ ਦੀ ਬੋਲੀ ਆ ਉਹ ਇਹੀ ਕਹਿੰਦੀ ਹੈ ਵੀ ਜਿਹੜੇ ਕਿਸਾਨ ਆਗੂ ਨੇ ਸਾਨੂੰ ਹਲੇ ਤੱਕ ਸਮਝਾਉਣ 'ਚ ਸਕਸ਼ਮ ਨਹੀਂ ਹੈਗੇ ਵੀ ਕਾਨੂੰਨਾਂ ਦੇ ਵਿੱਚ ਕਮੀਆਂ ਕਿੱਥੇ ਨੇ। ਤੁਹਾਨੂੰ ਲੱਗਦਾ ਵੀ ਇਹ ਚੀਜ਼ ਹਲੇ ਤੱਕ ਸਰਕਾਰ ਸਮਝਣਾ ਨਹੀਂ ਚਾਹ ਰਹੀ ਕਿ ਸਮਝ ਨਹੀਂ ਪਾ ਰਹੀ? ਦੇਖੀ ਜੀ, ਸਰਕਾਰ ਕੋ ਤਾਂ ਸਮਝ ਮੈਂ ਸਰਕਾਰ ਕੋ ਸਭ ਆ ਰਹੀ ਹੈ, ਲੇਕਿਨ ਸਰਕਾਰ ਕੀ ਇਹ ਬਤਾਏ ਕਿ ਭਈ ਸਰਕਾਰ ਕਿਸਕੇ ਪ੍ਰੈਸ਼ਰ ਮੇ ਹੈ? ਵਜੇ ਕਾਲੇ ਕਾਨੂੰਨ ਲੈ ਕੇ ਆਈ ਹੈ, ਸਭੀ ਕੋ ਪਤਾ ਹੈ ਕਾਲੇ ਕਾਨੂੰਨ ਕਿਤਨੇ ਖਤਰਨਾਕ ਹੈ, ਕਿਸਾਨ ਕੋ, ਮਜ਼ਦੂਰ ਕੋ, ਆਮ ਜਨਮਾਨਸ ਕੋ ਬਿਲਕੁਲ ਪ੍ਰਭਾਵਿਤ ਕਰਨ ਵਾਲੇ ਹੈ। ਸਰਕਾਰ ਕੋ ਵੀ ਪਤਾ ਇਨ ਚੀਜ਼ੋ ਕਾ, ਲੇਕਿਨ ਸਰਕਾਰ ਪਤਾ ਨਹੀਂ ਕਿਸਕੇ ਦਬਾਓ ਮੇ ਆ ਕੇ ਬਾਰ ਬਾਰ ਇਹ ਕਰੇ ਕਿ ਆਪ ਇਸਮੇ ਸੰਸ਼ੋਧਨ ਕਰੇਂਗੇ ਸੰਸ਼ੋਧਨ, ਬਸ ਉਸਕਾ ਜਬ ਇਹ ਬਤਾ ਉਸਕਾ ਮੂਲ ਢਾਂਚਾ ਹੀ ਖਰਾਬ ਹੈ ਸਾਰਾ ਕਾ ਸਾਰਾ, ਤੋ ਆਪ ਉਸਮੇ ਸੰਸ਼ੋਧਨ ਕਰਕੇ ਵੀ ਕਿਆ ਨਿਕਾਲ ਪਾਓਗੇ? ਤੋ ਇਹ ਤਾਂ ਸਰਕਾਰ ਗੁੰਮਰਾਹ ਕਰਨ ਦੀ ਬਾਤ ਹੈ, ਜਿਹਨੇ ਪੂੰਜੀਪਤੀ ਉਹਨਾਂ ਦੇ ਦਬਾਓ ਮੇ ਕਾਨੂੰਨ ਲੈ ਕੇ ਆਈ ਹੈ, ਤੋ ਇਨਕੋ ਵਾਪਸ ਹੀ ਸਮਾਧਾਨ ਹੋਗਾ। ਮਤਲਬ ਇਸਮੇ ਸੰਸ਼ੋਧਨ ਦਾ ਤਾਂ ਕੋਈ ਸਮਾਧਾਨ ਹੀ ਨਹੀਂ ਹੈ ਕਿਸਾਨੋਂ ਕੇ ਲਈ। ਕਹਿੰਦੇ ਕਿ ਸਮਾਧਾਨ ਨਹੀਂ ਹੈਗਾ ਵੀ ਸੰਸ਼ੋਧਨ ਇਹਦੇ ਵਿੱਚ ਹੋ ਜਾਵੇ, ਸੋ ਉਹ ਚੀਜ਼ ਕਹਿੰਦੇ ਵੀ ਹੋ ਨਹੀਂ ਸਕਦੀ, ਪਰ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਬੱਚੇ ਜਿਹੜੇ ਨੇ ਉਹ ਬੜੇ ਉਤਸ਼ਾਹ ਦੇ ਨਾਲ ਇੱਥੇ ਹਿੱਸਾ ਲੈਂਦੇ ਨੇ, ਇੱਥੇ ਪੜ੍ਹਾਈ ਕਰਦੇ ਨੇ, ਸੋ ਜਿਹੜੇ ਨੌਜਵਾਨ ਨੇ ਉਹ ਵੀ ਇੱਥੇ ਪਹੁੰਚਦੇ ਨੇ ਕਿ ਇਹਨਾਂ ਬੱਚਿਆਂ ਨੂੰ ਕੋਈ ਨਵੀਂ ਚੀਜ਼ ਜਿਹੜੀ ਹੈ ਉਹ ਸਿਖਾਈ ਜਾ ਸਕੇ। ਸੋ ਇਹ ਹਰ ਇੱਕ ਚੀਜ਼ ਜਿਹੜੀ ਇੱਥੇ ਟੈਸਟ ਵੀ ਲਿੱਤੇ ਜਾਂਦੇ ਨੇ ਬੱਚਿਆਂ ਦੇ, ਹਫ਼ਤਾ ਪੜ੍ਹਾਈ ਕਰਵਾ ਕੇ ਉਸ ਤੋਂ ਬਾਅਦ ਉਹਨਾਂ ਦੇ ਟੈਸਟ ਲਿੱਤੇ ਜਾਂਦੇ ਨੇ, ਪਹਿਲੀ ਕਲਾਸ ਤੋਂ ਲੈ ਕੇ 10ਵੀਂ ਤੱਕ ਦੇ ਬੱਚੇ ਜਿਹੜੇ ਨੇ ਇੱਥੇ ਮੌਜੂਦ ਹੁੰਦੇ ਨੇ, ਉਹਨਾਂ ਨੂੰ ਜਿਹੜੀ ਉਹਨਾਂ ਦੇ ਹਿਸਾਬ ਦੀ ਹੀ ਸਿੱਖਿਆ, ਉਹਨਾਂ ਦੀ ਉਮਰ ਦੇ ਹਿਸਾਬ ਦੀ ਸਿੱਖਿਆ, ਉਹਨਾਂ ਦੀ ਕਲਾਸ ਦੇ ਹਿਸਾਬ ਨਾਲ ਸਿੱਖਿਆ ਦਿੱਤੀ ਜਾਂਦੀ, ਨਾਲ ਹੀ ਗੁਰੂਆਂ ਬਾਰੇ ਜਿਹੜੀ ਜਾਣਕਾਰੀ ਸਾਰੀ ਉਹਨਾਂ ਨੂੰ ਦੱਸੀ ਜਾਂਦੀ ਹੈ ਵੀ ਕਿਸ ਤਰੀਕੇ ਦੇ ਨਾਲ ਗੁਰੂ ਸਾਡੇ ਨੇ ਜੋ ਉਹਨਾਂ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਹੱਕਾਂ ਵਾਸਤੇ ਲੜਾਈਆਂ ਲੜੀਆਂ ਨੇ, ਸੋ ਹੁਣੇ ਤੋਂ ਇਹਨਾਂ ਬੱਚਿਆਂ ਨੂੰ ਸਿਖਾਇਆ ਜਾਂਦਾ। ਸੋ ਕਹਿੰਦੇ ਹਰਿਆਣੇ ਵਾਲੇ ਜਿਹੜੇ ਨੇ ਉਹ ਨਾਲ ਹੀ ਨੇ, ਪਰ ਜਿਹੜੀ ਸਰਕਾਰ ਹੈ ਕਦੋਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਮੰਨਦੀ ਹੈ ਇਹ ਤਾਂ ਹਾਲੇ ਨਹੀਂ ਪਤਾ, ਪਰ ਜਦੋਂ ਤੱਕ ਸਰਕਾਰ ਕਾਨੂੰਨ ਕਹਿੰਦੇ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਅਸੀਂ ਇੱਥੋਂ ਦੀ ਵਾਪਸ ਨਹੀਂ ਜਾਣਾ। ਸੋ ਇਹ ਜਿਹੜਾ ਸਕੂਲ ਸ਼ੁਰੂ ਕੀਤਾ ਗਿਆ ਇੱਦਾਂ ਦੀ ਹੀ ਕਹਿੰਦੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਹੋਣਗੀਆਂ, ਬੱਚਿਆਂ ਦੇ ਵਾਸਤੇ ਹੋਵੇ ਚਾਹੇ ਵੱਡਿਆਂ ਦੇ ਵਾਸਤੇ ਹੋਵੇ। ਸੋ ਇੱਕ ਨਵੀਂ ਚੀਜ਼ ਇੱਥੇ ਦੇਖਣ ਨੂੰ ਮਿਲੀ ਕਿ ਪੜ੍ਹਾਈ ਜਿਹੜੀ ਹੈ ਉਹ ਵੀ ਸਿੱਖਿਆ ਜਿੰਨੀ ਇੰਪੋਰਟੈਂਟ ਇੱਥੇ ਦਰਸਾਈ ਜਾ ਰਹੀ ਹੈ ਵੀ ਇੱਥੇ ਸਿੱਖਿਆ ਇੰਪੋਰਟੈਂਟ ਹੈ, ਪਰ ਜਿਹੜੀ ਸਰਕਾਰ ਨੇ ਐਜੂਕੇਸ਼ਨ ਸਿਸਟਮ ਦਾ ਹਾਲਾਤ ਕੀਤਾ ਹੋਇਆ ਉਹ ਵੀ ਦੂਸਰੇ ਪਾਸੇ ਉਹਨਾਂ 'ਤੇ ਵੀ ਨਜ਼ਰਸਾਨੀ ਕਰਨੀ ਜ਼ਰੂਰ ਬਣਦੀ ਹੈ। ਤੁਸੀਂ ਜੁੜੇ ਰਹਿਣਾ ਵਿਜ਼ਨ ਪੰਜਾਬ ਟੀਵੀ ਦੇ ਨਾਲ, ਕੈਮਰਾਮੈਨ ਮੁਕੇਸ਼ ਦੇ ਨਾਲ, ਮੈਂ ਅਨੁਕੌੜਾ।